ਮੈਂ ਦਾਵਤ ਦਿਆਂਗਾ, ਮੈਂ ਦਾਵਤ ਦਿਆਂਗਾ ਜਨਾਬ ਜ਼ਾਕਰੇ ਮੁਸਾਫਰ ਸ਼ਾਮ ਸ਼ਹਿਨਸ਼ਾਹ ਨਕਵੀ ਸਾਹਿਬ ਨੂੰ ਕਿ ਉਹ ਬਰਾਮਦਗੀ ਕਰਵਾਉਣ ਜੀ। ਬਰਾਏ ਖੁਸ਼ੀ ਮੁਹੰਮਦ ਅਹਿਲ ਬੈਤ ਮੁਹੰਮਦ ਬੁਲੰਦਰ ਸਲਵਾਤ ਅੱਗੇ ਨਾ ਕਰ ਲਈ ਬਾਬਾ ਜੀ, ਠੀਕ ਟੇਬਲ ਅੱਗੇ ਕਰ ਦੇ ਠੀਕ। ਸਲਵਾਤ ਬੁਲੰਦ ਆਵਾਜ਼ ਨਾਲ ਤਿਲਾਵਤ ਫਰਮਾ। ਜ਼ਿਕਰ ਪਾਕ ਦੀ ਮਜ਼ੀਦ ਰੂਹਾਨੀਅਤ ਓ ਕਬੂਲੀਅਤ ਵਾਸਤੇ ਬੁਲੰਦਰ ਸਲਵਾਤ ਹੈਦਰ ਮੋਮਨਾਲ ਕਰੋ ਕਿ ਚਲ ਹਾਂ ਠੀਕ। ਸੋਹਣੀਆਂ ਜ਼ਬਾਨਾਂ ਨਾਲ ਕਾਇਨਾਤ ਦੇ ਵਾਰਸਾਂ ਦੀ ਜ਼ਾਤ 'ਤੇ ਐਡੀ ਸੋਹਣੀ ਸਲਵਾਤ ਪੜ੍ਹੋ ਜੋ ਜ਼ਿੰਦਗੀ ਦੇ ਤਮਾਮ ਗੁਨਾਹ ਮਾਫ ਹੋ ਜਾਣ। ਜਿਹੜੇ ਉਹ ਪਿੱਛੇ ਨਿਖੜ ਕੇ ਬੈਠੇ ਹੋ, ਇਹ ਆਖਰੀ ਹਿੱਸਾ ਹੈ ਮਜਲਿਸ ਆਜ਼ਾਦਾ, ਥੋੜ੍ਹਾ ਜਿਹਾ ਜੁੜ ਕੇ ਬਵੋ। ਬਿਲਾ ਫਸਲ ਇਮਾਮ ਦੇ ਮੰਨਣ ਵਾਲਿਆਂ ਫਾਸਲਾ ਸਾਡੇ ਚੰਗਾ ਹੀ ਨਹੀਂ ਲੱਗਦਾ, ਥੋੜ੍ਹਾ ਥੋੜ੍ਹਾ ਅੱਗੇ ਟੁਰਾ। ਨਿਆਜ਼ ਮੌਲਾ ਨਜ਼ਰ ਅੱਲਾ ਨਿਆਜ਼ ਹੁਸੈਨ, ਅੱਲਾ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਕਰੇ, ਮਾਂ ਹੁਸੈਨ ਦੀ ਅਰਸ਼ਾਂ ਦੇ ਰੰਗ ਲਾਵੇ। ਟੁਰਦੇ ਹੀ ਆਓ ਅਤੇ ਸਲਵਾਤ ਹੀ ਪੜ੍ਹੋ ਅਕਬਰ ਦੇ ਬਾਬੇ ਦੀ ਪਾਕ ਜ਼ਾਤ। ਦੁਆ ਹੈ ਰੱਬੁਲ ਇੱਜ਼ਤ ਤੁਸਾਂ ਤਮਾਮ ਮੁਮਿਨੀਨ ਮੁਮਿਨਾਤ ਦਾ ਇਸ ਪਾਕ ਜ਼ਿਕਰ ਸ਼ੁਰਾ ਆਪਣੀ ਬਾਰਗਾਹ 'ਚ ਕਬੂਲ ਮਨਜ਼ੂਰ ਫਰਮਾਵੇ। ਹੁਣ ਚੂੰਕਿ ਮਜਲਿਸ ਆਜ਼ਾ ਆਪਣੇ ਇਖਤਤਾਮ ਦੇ ਕਰੀਬ ਹੈ, ਦੋ ਵਕਤ ਬੜੇ ਕੀਮਤੀ ਨੇ ਜਿਸ ਜ਼ਿਕਰ ਦਾ ਵਾਰਿਸ ਹੁਕਮ ਲੈਂਦੇ। ਜਿਹੜੀ ਦੁਆ ਜ਼ਿੰਦਗੀ 'ਚ ਕਬੂਲ ਨਹੀਂ ਹੋਈ, ਜਾਂ ਆਗਾਜ਼ ਮਜਲਿਸ 'ਚ ਮੰਗ ਲਓ ਜਾਂ ਇਖਤਤਾਮੇ ਮਜਲਿਸ 'ਚ, ਆਪਣੇ ਸਾਹਵਾਂ ਤੋਂ ਕੀਮਤੀ ਦੁਆ ਤੁਹਾਡੇ ਵਾਸਤੇ ਪਿਆ ਮੰਗਦਾ। ਮੇਰਾ ਮਾਲਿਕ, ਸਾਹਵਾਂ ਦੀ ਡੋਰ ਟੁੱਟਣ ਤੋਂ ਪਹਿਲੇ ਹਰ ਮੁਹਿੱਬੇ ਆਲੇ ਮੁਹੰਮਦ ਨੂੰ ਜਾਗੀਰੇ ਅਲੀ ਅਕਬਰ ਦੀ ਪਾਕ ਜ਼ਵਾਰੀ ਨਸੀਬ ਫਰਮਾ। ਆਲੇ ਮੁਹੰਮਦ ਇੱਜ਼ਤ ਉਜ਼ਮਤ ਦਾ ਵਾਸਤਾ, ਬਾਨੀਆਂ ਨੇ ਸਫਿਆਜ਼ਾ, ਮੇਰੇ ਭਾਈਆਂ ਬਜ਼ੁਰਗਾਂ ਦੀ ਪੁਰਖਲੂਸ ਮਿਹਨਤ, ਜ਼ਿਕਰ ਪਾਕ ਦਾ ਇਹਤਮਾਮ, ਤੁਹਾਡਾ ਖਲੂਸ ਨੀਅਤ ਨਾਲ ਬਹਿ ਕੇ ਜ਼ਿਕਰ ਸੁਣਿਆ, ਜ਼ਿਕਰ ਦਾ ਵਾਰਸ ਇੱਕ ਇੱਕ ਲਮਹਾ ਇਬਾਦਤ ਸ਼ੁਮਾਰ ਫਰਮਾ। ਬਿਲਖਸੂਸ ਸਾਡੇ ਖਾਨਵਾਦੇ ਦੇ ਇਸ ਘਰ ਦੇ ਬਾਨੀਆਂ ਦੇ ਜਿਤਨੇ ਮਰਹੂਮੀਨ ਨੇ, ਜ਼ੋਜੇ ਮਰਹੂਮਾ ਬਾਬਾ ਮੀਨੇ ਸ਼ਾਹ ਜੀ, ਸਾਡਾ ਭੀਰਾ ਕਾਸ਼ੀ ਸ਼ਾਹ ਔਰ ਦੀਗਰ ਜਿਤਨੇ ਬਜ਼ੁਰਗਵਾਰ ਮਰਹੂਮੀਨ, ਤੁਹਾਡੇ ਹਾਜ਼ਰੀ ਨੇ ਮਜਲਿਸ ਦੇ ਮੇਰੇ ਜਿਤਨੇ, ਮੇਰਾ ਮਾਲਿਕ ਕਬਰ ਤੋਂ ਮਹਿਸ਼ਰ ਤਾਈਂ 14 ਦਾ ਸਹਾਰਾ ਨਸੀਬ ਫਰਮਾ। ਜਿਸ ਇਸ ਮਕਾਮ 'ਤੇ ਬੈਠੇ ਹੋ, ਇੱਕ ਇੱਕ ਦਫ਼ਾ ਆਪਣੀ ਆਪਣੀ ਰੂਹ 'ਤੇ ਅਹਿਸਾਨ ਕਰਨਾ, ਔਰ ਬੁਲੰਦ ਆਵਾਜ਼ ਨਾਲ ਲਾਮੀਨਾ ਆਖਣਾ, ਕਰੋੜਾਂ ਦੁਆਵਾਂ ਦੀ ਇੱਕ ਦੁਆ ਪਿਆ ਮੰਗਦਾ। ਮੇਰਾ ਮਾਲਿਕ, ਇਹਨਾਂ ਮਜਲਿਸਾਂ ਦੇ ਹਕੀਕੀ ਬਾਨੀ, ਹਕੀਕੀ ਵਾਰਿਸੇ ਦਸਤਾਰੇ ਨਬੀ, ਹਕੀਕੀ ਵਾਰਿਸੇ ਵਿਲਾਇਤ ਅਲੀ ਅਲੈਹਿ ਸਲਾਮ, ਹਕੀਕੀ ਵਾਰਿਸੇ ਹੱਕੇ ਜਨਾਬ ਸੈਯਦਾ ਸਲਾਮੁੱਲਾ ਅਲੈਹਾ, ਹਕੀਕੀ ਵਾਰਿਸੇ ਖੂਨੇ ਹੁਸੈਨ ਅਲੈਹਿ ਸਲਾਮ, ਸਾਡੇ ਬਾਰਵੇਂ ਮੌਲਾ ਦਾ ਜ਼ਹੂਰ ਜਲਦ ਅਜ਼ ਜਲਦ ਫਰਮਾ। ਤਮਾਮ ਦੁਆਵਾਂ ਦੀ ਮੁਸਤਜਾਬੀ ਵਾਸਤੇ ਸੋਹਣੀ ਅਤੇ ਮੁਹੱਬਤ ਭਰੀ ਸਲਵਾਤ ਹਦੀਆ ਕਰੋ ਇਮਾਮੇ ਜ਼ਮਾਨਾ ਦੀ ਬਾਰਗਾਹ 'ਚ। ਬਾਰ ਦੀਗਰ ਜ਼ੁਬਾਨਾ ਮੁਅੱਤਰ ਕਰੋ ਦਰੂਦ ਪਾਕ ਦੀ ਬਰਕਤ ਨਾਲ, ਅਤੇ ਮੈਂ ਨੌਕਰੀ ਦਾ ਆਗਾਜ਼ ਕਰ ਦਾਂਗਾ।
इजाजत है भाइयों बुजुर्गों दोस्तों की, मैं नौकरी का आगाज करा। घर भावें घर नौकर बन के नौकरी दे सकते। दाद अली हसरत मेरे दिल च रखी नहीं बहन मेरा, दुआ दा मनु लालच आंदा। ओ सुबह मैं कासा चाह के घरों निकलदा, जिथों दुआवां मिलदियां होवन कासे च पा के बख्शिश का समान बना के लै जा। थोड़े वक्त च मुकम्मल ड्यूटी पेश कर। आगाज़े मजलिस च एक गल मैं कैमरे के तवस्सल नाल करनी वाजिब समझदा। जिहड़े बंदे बंदा नुमा हैवान पारा चनारी च फलस्तीन च पूरी दुनिया च मजलूम हुसैनिया को बेगुना शहीद पे कर दें, मैं उन्हां दी अख चक पा के चार सत्रा पढ़न लगा। अल्लाह मोमन दी जुबान जैका चखण वास्ते नहीं बढ़ाई, हुसैन दे हक च बोलन वास्ते। बस तई चाहना लाइव चल रही तो दुनिया पे वे दी। ए मैं तुहाडी और अपनी आवाज़ बन के हर दुश्मन हुसैन नाल गल करन लगा। ये बात कोई दुश्मन शब्बीर से कह दे, मैं मिम्बरे हुसैन ते ऐलान करके प्या दा। ये बात कोई दुश्मन शब्बीर से कह दे, हवाए दहर हमें साजगार रहती है, और तुम इस कौम को कैसे मिटा सकते हो भला, जो कौम मौत के सर पे सवार रहती है। अच्छा के बोला लबैक या हुसैन। तड़ी नसल आबाद रहे। अगर मैं हुसैन दे हक च बोल नहीं सकता, मनु सैयद सडवाण दा हक ही नहीं। अगर कोई आजादार होके करीमे करबला दे हक च नहीं बोल सकता, काला चोला पाण दा कोई फायदा नहीं। ऐ मेरे हथ बुलंद इन ते मैं हर मेंबर ते ऐलान पिया करदा, हमारी मौत भी बनती है बाई से मजलिस। मातमी बोले जड़ा चौके छो, शाबाश बेटा हैदरी, थोड़ी नस्ल आबाद रहे जी। मैं पैदा हमारी मौत भी बनती है बाई से मजलिस, हम अपनी जिंदगी नजरे इमाम करते हैं। हम अपनी जिंदगी कितने को हुसैनी मारेंदा, हम अपनी जिंदगी नजरे इमाम करते हैं। और हम अहले इश्क का नाता है उस कबीले से, जहां कटे हुए सर भी कलाम करते हैं। अच्छा के बोला हैदरी। तू सजीन दे बसते एक कसीदा, मैं बादशाह दे मिंबर ते खड़ा। इस तरह मैं पिछे बादशाह दी ड्यूटी अज दी तारीख च पढ़ाया, और ये अपने वास्ते नहीं, हर मुहिब्बे आले मुहम्मद दी जुबान बन के ये सतरा पिया पढ़दा। बिलहसूस पारा चनार दे बेगुनाह शहीदां दी आवाज़ बन के एक लफज है शाह जी, जेड़े इज्जत नाल शहीदां को आदे शाह जी, जिन्हां दियां मामा झोली च लैके शहीदां दी इज्जत दसी। मैं दसन लगा कायनात च वड्डा शाह जी कौन है। ये लफ्ज़े शाह सूट किनू करदा है, जिस पाक शाह दी नालैन दी खाक दे जर्रियां दे सदके अल्लाह साढ़े जे गुनागारा को लफ्ज़े शाह नाल इज्जत बख्शी, मैं उस बादशाह दा तारुफ करवान लगा। नारा तुसी सुनाओ ते पहली नौकरी जनाब दी खिदमत। या ओ शाह हुसैन, जेड़ा शाहवां दा भी शाह है ओ शाह हुसैन है।
ओ शाह हुसैन, 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 कसीदा तारुफ है। जिदी वजह तो नबी दा नाम है, जिदी वजह तो नबी दा नाम है, ओ मोहसिन अंबिया हुसैन। सतर पढ़ने लगा, सतर पढ़ने लगा। हुसैन मिन्नी दा ए सबूते, हुसैन मिन्नी दा ए सबूते, के सीरत मुस्तफा हुसैन। जींदे बस्तर, जींदे बस्तर। अच्छा कलोनो हैदरी, तुसा जियो, थोड़ा बेड़ा आबाद रहे, साउंड वाला भाई, अल्लाह जिंदगी करे। थोड़ा जहा इको कम रखने ताकि अल्फाज डायरेक्टली पहुँचे, अल्लाह रिस की चीज़ आफा करे। ओ शाह हुसैन जिदी वजह तो नबी दा नाम है, ओ मोहसिन अंबिया हुसैन मिन्नी दा ए सबूत है, कि सीरत मुस्तफ़ा, कि सीरत मुस्तफ़ा, कि सीरत मुस्तफ़ा। हर दौर दे यजीद दी अखी चक पा के शेर पढ़न लगा, अज भी नामे हुसैन तो यजीद डरदा क्यों है। भाई थोड़ा साथ देना, हुण मजलिस ना पिया पढ़दा, तुहाडे वास्ते दुआ पिया करदा। अज दा यजीद उस दौर तो लैके हुण तक हर दौर दा यजीद नामे हुसैन तो डरदा क्यों है, नामे हुसैन सुनदिया मरदा क्यों है, नामे हुसैन तो डरदा क्यों है। मैं हर दौर दे यजीद दे डर दी वजह दसन लगा, हया दी तलवार कोलों डरदा है, हया दी तलवार कोलों डरदा है, हया दी तलवार कोलों डरदा है, हया दी तलवार कोलों डरदा है। यजीद मर के विरोज मरदा, पता जो लगे यजीदियां, पता जो लगे यजीदियां के लाइला दी बका हुसैन। वाह हुसैन, वाह हुसैन। अच्छा के बोलो हैदरी, बसते रहो। आखिरी शेर, इसे ते मेरा फजाइल तमाम, कोई तोजी कोई तशरी नहीं, एक मिनट का फजाइल का हिस्सा ते मुसाहिब, तोजी तशरी नहीं, मेरा शेर अपना राह बना लगा है। नबवी मस्जिद नबी दी कंडे, नबी दे सजदे तू राज खुलिया, नबी दे सजदे तू राज खुलिया, रसूल दा आसरा हुसैन। सभी जींदे रहो, सभी बिस्मिल्लाह, खैर सभी दे बस मुसा, ओ वक्त बयान रखा चलो ठीक है, फिर पढ़ते वहाँ। मैं क्या बाबा जी वक्त ही नजाक होना का, तू एक शेर पढ़। चलो मैं पढ़ देना, बुजुर्ग इन दुआवां मेरे नाल हैं।
ਹੈ ਨਬਵੀ ਮਸਜਿਦ ਨਬੀ ਦੀ ਕੰਡੇ ਹੈ ਨਬਵੀ ਮਸਜਿਦ ਨਬੀ ਦੀ ਕੰਡੇ ਖੁਦਾ ਨੇ ਕਰ ਛੋੜੀ ਆਪ ਵੰਡੇ ਨਬੀ ਦੇ ਸਜਦੇ ਤੂੰ ਰਾਜ਼ ਖੁੱਲਿਆ ਰਸੂਲ ਦਾ ਆਸਰਾ ਹੁਸੈਨ ਜਿੰਦ ਯਾਰ ਬਸ ਤੁਹਾਡੀ ਨਸ਼ਾ ਆਬਾਦ ਰਹੇ ਯਾਰ ਅੱਲਾ ਇਹਨਾਂ ਨਾਰਿਆਂ ਦੀਆਂ ਛਾਵਾਂ ਨਸੀਬ ਫਰਮਾਵੇ ਪਾਰਾ ਚਨਾਰ ਵਿੱਚ ਇੱਕ ਹੁਸੈਨੀ ਕੋ ਕੁੱਠਾ ਨੇ ਦੇਖੇ ਤੁਸਾਂ ਕਿਉਂ ਕੁੱਠਾ ਨੇ ਉਹਦਾ ਇਮਾਮ ਅਲੀ ਏ ਇਮਾਮ ਅਲੀ ਹੋਵੇ ਤਾਂ ਲੋਕ ਪੱਸੇ ਗਰਦਨ ਕੋਹ ਦਿੰਦੇ ਨੇ ਤੇ ਜੇ ਪਿਓ ਦਾ ਨਾਂ ਅਲੀ ਹੋਵੇ ਵਾਹ ਗੁਰਬਾਤਾ ਤੁਹਾਡੀ ਹਾਏ ਦੱਸਦੀ ਏ ਅੱਜ ਤੂੰ 15 ਡੀਂ ਪਿੱਛੇ ਤੁਹਾਡਾ ਵੱਡਾ ਨੁਕਸਾਨ ਹੋ ਗਿਆ ਜੇ ਦਾਦੇ ਦਾ ਨਾਂ ਇਮਰਾਨ ਹੋਵੇ ਪਿਓ ਦਾ ਨਾਂ ਅਲੀ ਹੋਵੇ ਅੱਲਾ ਜਾਣੇ ਮੁਸਲਮਾਨਾਂ ਕਿਤਨਾ ਕੁ ਮਾਰਾ ਹੋ ਸੀ ਅਕਬਰ ਦੇ ਬਾਬੇ ਕੋ ਕੋਈ ਦੁਨੀਆ ਦਾ ਜ਼ਾਕਿਰ ਆਲਮ ਇੰਜ ਨਹੀਂ ਅਕਬਰ ਦੇ ਬਾਬੇ ਦਾ ਦੁੱਖ ਪੜ ਸਕਦਾ ਲਾਹਣਾ ਨਹੀਂ ਪੜ ਸਕਦਾ ਉਹਨੇ ਮੁਰਤਜਿਸ ਦੀ ਛਵੀ ਆ ਸੀ ਮੈਂ ਕੋਈ ਬਜ਼ੁਰਗਾਂ ਦੱਸਿਆ ਸ਼ਾਹ ਸਾਹਿਬ ਨੇ ਫਿਰਾ ਦੱਸਿਆ ਜੋ ਮਜ਼ਲੂਮ ਦੀ ਸਵਾਰੀ ਤਿਆਰ ਹੈ ਜ਼ੁਲਜਨਾ ਆਖਾਂ ਮੁਰਤਜਿਸ ਦੀ ਛਵੀ ਆਖਾਂ ਜਾਂ ਅਕਬਰ ਦੇ ਬਾਬੇ ਦਾ ਜ਼ਖਮੀ ਜਨਾਜ਼ਾ ਆਖਾਂ ਵਾਹ ਗੁਰ ਮਾਤਾ ਉਹ ਕੁਰਲਾ ਕੇ ਰੋਣ ਵਾਲੇ ਸ਼ਾਲਾ ਆਪਣੇ ਦੁੱਖਾਂ 'ਤੇ ਬੜੀ ਮਕਬੂਲ ਮਜਲਿਸ ਬਿਲਕੁਲ ਕਰੀਬ ਤੋਂ ਤਰੇ ਜਨਾਜ਼ਿਆਂ ਕੋ ਇੰਤਜ਼ਾਰ ਨਹੀਂ ਕਰਾਈਦਾ ਬਸ ਸੁਣੋ ਤਾਂ ਮੈਂ ਵੈਣ ਕਰਨ ਲੱਗਾ ਤਰੇ ਜਨਾਜ਼ਿਆਂ ਕੋ ਇੰਤਜ਼ਾਰ ਨਹੀਂ ਕਰਾਈਦਾ ਇਹੋ ਜੁਮਲਾ ਮੈਂ ਪਿੱਛੇ ਹੈਰਾਨ ਕੀ ਪੜ੍ਹ ਕੇ ਆਇਆ ਫਰਕ ਕਿਤਨਾ ਹੀ ਉਹ ਤਰੇ ਜਨਾਜ਼ਿਆਂ ਦਾ ਫਰਕ ਦੱਸਣ ਲੱਗਾ ਪਹਿਲਾ ਜਨਾਜ਼ਾ ਜਿਹਨੂੰ ਇੰਤਜ਼ਾਰ ਨਾ ਕਰਾਓ ਉਸ ਜਨਾਜ਼ੇ ਨੂੰ ਇੰਤਜ਼ਾਰ ਨਾ ਕਰਾਓ ਜਿਹਨੂੰ ਜ਼ਹਿਰ ਮਿਲੀ ਹੋਵੇ ਪਹਿਲਾ ਉਹ ਜਨਾਜ਼ਾ ਜਿਹਨੂੰ ਇੰਤਜ਼ਾਰ ਸਹੀ ਨਹੀਂ ਕਰਵਾਈਦਾ ਜਿਹਨੂੰ ਜ਼ਹਿਰ ਮਿਲੀ ਹੋਵੇ ਦੂਜਾ ਜਨਾਜ਼ਾ ਉਹਨੂੰ ਇੰਤਜ਼ਾਰ ਨਹੀਂ ਕਰਾਈਦਾ ਕਿਹੜਾ ਜਨਾਜ਼ਾ ਜਿਹੜਾ ਕੈਦੀ ਦਾ ਹੋਵੇ ਮੈਂ ਤੀਜਾ ਜਨਾਜ਼ਾ ਪੜ੍ਹਨਾ ਤੁਹਾਡੀ ਬੇਸਖਤਾ ਢਾਹ ਨਿਕਲ ਜਾਣੀ ਹੈ ਪਹਿਲਾ ਜਨਾਜ਼ਾ ਉਹ ਜਿਹਨੂੰ ਜ਼ਹਿਰ ਮਿਲੀ ਹੋਵੇ ਦੂਜਾ ਜਨਾਜ਼ਾ ਜਿਹੜਾ ਕੈਦੀ ਦਾ ਹੋਵੇ ਇਹ ਮੈਂ ਹੁਣੇ ਬਰਾਮਦ ਕਰਾ ਕੇ ਆਇਆ ਸ਼ਾਲਾ ਮਰ ਜਾਵਾ 70 ਮਹੀਨਾ ਪੜਾਂ ਹਰ ਕਹਿੰਦੀ ਆਪਣੀ ਮਰਜ਼ੀ ਉਹ ਹੁਸੈਨ ਦੇ ਆਜ਼ਾਦਾਰ ਤੀਜਾ ਉਸ ਜਨਾਜ਼ੇ ਨੂੰ ਇੰਤਜ਼ਾਰ ਨਾ ਕਰੋ ਜਿਹੜਾ ਢੇਰ ਜ਼ਖਮੀ ਹੋਵੇ ਜਿਹਦੇ ਬਦਨ ਤੇ ਜਾ ਜਾ ਜ਼ਖਮਾਂ ਦੇ ਨਿਸ਼ਾਨ ਕਿਵੇਂ ਖੜਾਵਾਂ ਸਵਾਰੀ ਜ਼ਖਮੀ ਸਵਾਰੀ ਜ਼ਖਮੀ ਮੈਂ ਕੁਝ ਜ਼ਿਆਦਾ ਨਾ ਖੜਾ ਸਕਦਾ ਮੇਰੇ ਮੌਲਾ ਦਾ ਜ਼ੁਲਜਨਾ ਢੇਰ ਮੁਕਾਣੀ ਆਏ ਬੈਠੇ ਹੋ ਹੁਸੈਨ ਦੇ ਇੱਕ ਜੁਮਲਾ ਪੜ੍ਹ ਕੇ ਮੈਂ ਬੈਣ ਕਰਨ ਲੱਗਾ ਇਹ ਪੁੱਛਣ ਦੀ ਲੋੜ ਨਹੀਂ ਪੈਣੀ ਭਾਈ ਗੁਲਾਮ ਅਬਾਸ ਧੀ ਵਾਲਾ ਕਿੱਥੇ ਹਾਏ ਗਵਾਈ ਦੇ ਸੀ ਬੰਦੇ ਆਦੇ ਨੇ ਜ਼ਰਬਾਂ ਕੋ ਰੋਂਦੇ ਨੇ ਮੈਨੂੰ ਇਸ ਮੈਂਬਰ ਦੇ ਤਕੱਦਸ ਦੀ ਕਸਮ ਅਸੀਂ ਜ਼ਰਬਾਂ ਨੂੰ ਨਹੀਂ ਰੋਂਦੇ ਬੰਦੇ ਆਦਨ ਕੱਟੇ ਬਾਜ਼ੂਆਂ ਕੋ ਰੋਂਦੇ ਮੈਨੂੰ ਇਸ ਅਲਮ ਦੀ ਇੱਜ਼ਤ ਦੀ ਕਸਮ ਅਸੀਂ ਕੱਟੇ ਬਾਜ਼ੂਆਂ ਕੋ ਨਾ ਰੋਂਦੇ
बंदे आदन बरछी को रोंदे इज्जत अली अकबर दी कसम बरछी को ना रोंदे यार साडे नाल बह के एक गल सोच एक करमान जड़ा खा गया है ओ धी जो पियो को छुड़ावन आ गई धी को मारिया क्यों ओ मेरे बुए तो दुश्मन दी धी आवे मैं कतल माफ कर देना या सैयदा या सैयदा बस थोड़े वैन दसते पे किसे मासूम दी आमद है किसे मासूम दी आमद है हौसला 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 हाथ नप लो हाथ नप लो हूँ वैन कर लगा एक लाजा डे भाई हूँ जड़ा मैं इशारा कर सा वजुल जना मिंबर ते आसी हूँ सुनो चुप करके बह गए पुत्र मरा के बेरा मरा के मेहमान मरा के हुसैन दी गुरबत वे हुसैन दे नादानी मारे गए चुप करके बह गए इत्थे मीर बब्बर अली अनी सल्लल्लाह मकामा हो भाई जान एक सतर लिखी है और लिख देन जड़ा मान मुक गए ना अकबर दे बाबे दे एंज मदीने तो मुँह कीता ते हुसैन ढा मार के रुना ते रो के प्या जाए अब्बास मर गए अब्बास मर गए अली अकबर जुदा हुआ हमसे किसी ने ये भी ना पूछा कि क्या हुआ या सैयदा या सैयदा बस वें मैदान तुम कर क्या दे किन गया मेडा अलमा वाला किन गया मेडा अकबर जवान मैनू छुड़ा मेरा सैयदा दे किन गए मेरे प्यारे सजन अकबर दे बाबे दी गुरबत होगा अरशा ते पहुंचाए अल्लाह जबरील नुआ दे ताज लहा हुसैन गुरबत होके बना दे जिब्राइल गाजी दी शक्ल बनाई है सजियों बाई वदाई है बाई वदा क्या दे चढ़ा नौकर चढ़ा बनाए अकबर दे बाबे दी जीत पईए जबरील दे पासड़े क्या दे ओ मेरे वीर दी शक्ल दा है वो पाक मलक दे जल्दी रो रो के प्या दे मत गाजी समझ के है वो पानी मंगे वो मेरा बाल कोई ना मैं लहना पढ़दा लहना पढ़दा वक्त मेडिया बाई बदियां हुई हैं वरना तरतीब नाल तो आखो अकबर दे बाबे दा लहना सुना वा लत्था किवें इंज नहीं इंज नहीं हुण देखें लत्था किवें सुगरा दा तस्सा बाबा इंज लत्था है जड़ा अकबर दा बाबा तब्दील रहते आया है हुसैन दी जीत पई है इदु कातल अंगल च खंजर फवेंदा है अजा कातल नु देदा पिया है इदु गरीब दी धी आ गई है ए बेगैरत पहली जरब उठा मारी है जिथा मोहम्मद भोसड़े दा दूजी जरब मारी है रत नहीं आई तीजी जरब ते खून नहीं आया चौथी जरब ते कातल थका है हाथ जोड़ के दे हुसैन मैं त्रे जरबा मारियां तेरी गर्दन जख्मी क्यों नहीं हुई रुला अकबर दा बाबा हाथ जोड़ के दे अम्मा जहरा हुण हाथ चा मेरा कातिल थक पिया है चौथी जरब ते थी दौड़ी है कातल दे हजर च हाथ पाए हाथ पा के आ दिए हाथ काट मेरे पैया दिए इना जुल्फानो हाथ लगदा रिया वो इंदी पाक मुअज्जमा कातल पास दिठा है रो रो के आदे क्यों लाश नु कतल ओ करे दा कहिए पुत्र दी मौत चलो मैं एक छेकड़ा वेण करना
ढेर मुखाणियो जरा सर का मातम करो, जरा सर प्यारा ना करो मातम करो, मैं छेकड़ा वेण करा। जड़ा अकबर दे बाबे ठिठा है जो थी को हजरे रिसाल देंदा है, घोड़े दे गल च पाई पाई है अकबर दे बाबा घोड़े दुड़े के आ दे मैं ले मेरी मौक गई तू वाल वाजे खा हाय हुसैन जेड़े अगाजी दे अलमाले दे लो करो जरा हाथ जाओ तो आकू अकबर दे बाबे दी गुरबत सुनावा। इस कमीने हेक नहीं मन्नी खबा हाथ हुसैन दिया जुल्फा च पाया है ए बगैरत पहला तमाचा मारा है तमाचा लगन दी दे रही दरिया दुड़े क्या दे ओ गाजी मेरे वाल छुड़ा मेरे वाल छुड़ा मातम हुसैन हुण तेरे जुदाई दायक बर सदमा सुगरा नहीं सैना हुण तेरे जुदाई दायक बर सदमा सुगरा नहीं सैना हुण तेरे जुदाई दायक बर सदमा सुगरा नहीं सैना हुण तेरे जुदाई दायक बर सदमा सुगरा नहीं सैना हुण तेरे जुदाई दायक बर सदमा सुगरा नहीं सैना हुण तेरे जुदाई दायक बर सदमा सुगरा नहीं सैना हुण तेरे जुदाई दायक बर सदमा सुगरा नहीं सैना हुण तेरे जुदाई दायक बर सदमा थोड़ा नहीं सैना